ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰਿਆਂ ਗੁੱਟਾਂ ਦੇ ਵਿੱਚ ਲੱਗਦੇ ਤੋਂ 골ਡਨ টকਸ ਵਿੱਚ শিপরা ਵੋਇਆ ਹੈ ਇਨ স্মার্ট সিটি ਲੋ ਧਿਆਨਾ ਟੂ ਇੰਟਰੋਡਿਊਸ ইউ টু वेरी नोन ਐਕਟਰ ਐਂਡ ਸਿੰਗਰ ਮਿਸਟਰ ਰஞ்சிਤ ਪਾਵਾ ਸੋ ਨਾਟ ਵੇਸਟਿੰਗ ਸੋ ਮੱਚ ਟਾਈਮ लेट्स ਮੀਟ ਹਿਮ ਹੈਲੋ ਸਰ ਵੈਲਕਮ ਟੂ ਟਾਈਮਸ ਪੰਜਾਬੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੀ ਸਰ ਸਭ ਤੋਂ ਪਹਿਲੇ ਹਮ ਚਾਹਤੇ ਹਮ ਇੰਟਰਵਿਊ ਸਟਾਰਟ ਕਰਨ ਸੇ ਪਹਿਲੇ ਆਪਕਾ ਇੱਕ ਸੌਂਗ ਹੋ ਜਾਏ ਕੋਈ ਵੀ ਸਰ ਕਿਸੇ ਵੀ ਆਪਾਂ ਗੱਲ ਨਾਲ ਹੀ ਸ਼ੁਰੂ ਕਰ ਲੈਨੇ ਕੋਈ ਗੱਲ ਨਹੀਂ ਮੇਰੀ ਬੇਬੇ ਨੇ ਕੰਗਣ ਜਿਹੜੇ ਸੰਭਿਆ ਮੈਨੂੰ ਤੇਰਿਆਂ ਗੁੱਟਾਂ ਦੇ ਵਿੱਚ ਲੱਗਦੇ ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨਹੀਂ ਔ ਕਿਵੇਂ ਲੈ ਜੂ ਸਾਤੋਂ ਖੋ ਕੇ ਕੋਈ ਹੋਰ ਨਹੀਂ ਮੈਚ ਹੋਣਗੇ ਸੰਜੋਗ ਆਪੇ ਸੋਹਣੇ ਨਹੀਂ ਮੈਚ ਹੁੰਦੇ ਜਿਵੇਂ ਸੂਟ ਨਾਲ ਪੱਗ ਦੇ ਮੇਰੀ ਬੇਬੇ ਨੇ ਕੰਗਣ ਜਿਹੜੇ ਸੰਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ థాంਕ ਯੂ థాంਕ ਯੂ ਸੋ ਮਾ ਸਰ ਆਪ ਹਮ ਆਪਣਾ ਸਟਾਰਟ ਕਰਤੇ ਹੈ ਕਵਰੇਜ ਆਪ ਸਭ ਤੋਂ ਪਹਿਲੇ ਇਹ ਬਤਾਈਏ ਵਿਚ ਇਜ਼ ਯਰ ਬਰਥਪਲੇਸ ਮੇਰਾ ਜਨਮ ਹੋਇਆ ਜੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਦੇ ਕੋਲ ਪਿੰਡ ਹੈ ਜੀ ਸਾਡਾ ਵਡਾਲਾ ਗਰੰਤੀਆ ਔਰ ਉੱਥੇ ਮੇਰਾ ਜਨਮ ਹੋਇਆ ਸਾਨੂੰ ਨੇ ਜਨਾ ਬਹੁਤ ਛੋਟੀ ਐ ਇਸੇ ਆਪਕੋ ਇੱਕ ਸਿੰਗਿੰਗ ਲਾਈਨ ਮੈਂਂ ਟ੍ਰਸ ਕਰਾਏ ਤੋ ਕਬ ਸੇ ਆਪਨੇ ਸਟੈਪ ਔਨ ਕੀਆ ਸਿੰਗਿੰਗ ਲਾਈਨ ਮੇ ਸਕੂਲ ਟਾਈਮ ਤੋ ਹੀ ਸੀਗਾ ਸਟਾਰਟ ਮੈਨ ਲੱਗਦਾ ਮੈਂ ਫਸਟ ਟਾਈਮ ਸਕੂਲ ਜਿਹੜੀ ਬਾਲ ਸਭਾ ਹੁੰਦੀ ਆ ਜਾਂ ਜਿਹੜੇ ਸਕੂਲ ਫੰਕਸ਼ਨ ਹੁੰਦੇ ਆ ਉਦੋਂ ਪਹਿਲੀ ਵਾਰ ਗਿਆ ਸੀ 99 ਦੇ ਵਿੱਚ ਔਰ ਉਦੋਂ ਫਿਰ ਮੈਨੂੰ ਇਦਾਂ ਲੱਗਿਆ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀਗਾ ਸਕੂਲ ਟਾਈਮ ਬੱਚੇ ਵੀ ਸੀਗੇ ਉਦੋਂ ਛੋਟੇ ਸੀ ਪੰਜਵੀਂ ਛੇਵੀਂ ਚ ਪੜ੍ਹਦੇ ਸੀਗੇ ਪਰ ਹੌਲੀ 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 ਜਿਉਂ ਜਿਉਂ ਉਮਰ ਵੱਧਦੀ ਗਈ ਵੱਡੇ ਹੁੰਦੇ ਗਏ ਤਾਂ ਤੇ ਉਹ ਤੇ ਉਹ ਫਿਰ ਸਿੱਖਣਾ ਵੀ ਸ਼ੁਰੂ ਕਰਦਾ ਸੀਗਾ ਔਰ ਫਿਰ ਉਹ ਸਟੇਜਸ ਉਹਦਾਂ ਦੀਆਂ ਮਿਲੀਆਂ ਡਿਫਰੈਂਟ ਕਾਲਜ ਯੂਨੀਵਰਸਿਟੀ ਆਗੇ ਤਾਂ ਕਾਲਜ ਯੂਨੀਵਰਸਿਟੀ ਦਾ ਫਿਰ ਜਦੋਂ ਇੱਕ ਬੰਦੇ ਨੂੰ ਉਹ ਐਕਸਪੀਰੀਅੰਸ ਮਿਲਦਾ ਤਾ ਫਿਰ ਮੇਰਾ ਗਾਣਾ ਜਦੋਂ ਮੈਂ ਪਾਸ ਆਊਟ ਹੋਇਆ 2013 ਚ ਉਦੋਂ ਫਿਰ ਗਾਣਾ ਪਹਿਲਾ ਗਾਣਾ ਰਿਲੀਜ਼ ਕੀਤਾ ਸੀ ਜਦੋਂ ਕੋਲੀ ਟੀਚਰਸ ਕੀ ਤਰਫ ਸੇ ਕਿੰਨਾ ਐਪਰੀਸ਼ੀਏਸ਼ਨ ਮਿਲਦਾ ਥਾ ਉਸ ਟਾਈਮ ਪੇ ਬਹੁਤ ਵਧੀਆ ਸੀਗਾ ਕਿਉਂਕਿ ਮੈਂ ਮੇਰਾ ਮੇਰੀ ਜਿਹੜੀ ਮੈਨੂੰ ਲੱਗਦਾ ਮਿਊਜ਼ਿਕ ਹੀ ਸੀਗਾ ਮੈਂ ਪਹਿਲਾਂ ਐਮਏ ਪੋਲੀਟੀਕਲ ਸਾਇੰਸ ਕੀਤੀ ਉਦੋਂ ਵੀ ਅਸੀਂ ਯੂਥ ਫੈਸਟੀਵਲ ਕਾਲਜ ਵੱਲੋਂ ਕਰਦੇ ਸੀ ਐਂਡ ਆਫਟਰ ਥੈਟ ਮੈਂ ਮਿਊਜ਼ਿਕ ਐਮਏ ਕੀਤੀ ਆਨਰ ਉਦੋਂ ਫਿਰ ਫਿਰ ਉਹ ਤਾਂ ਕੰਮ ਹੀ ਮਿਊਜ਼ਿਕ ਦਾ ਸੀਗਾ ਸਾਰੇ ਟੀਚਰ ਸੇ ਬਣ ਔਰ ਬੇਸਿਕਲੀ ਜਿਹੜਾ ਕਾਲਜ ਯੂਨੀਵਰਸਿਟੀ ਹੁੰਦੇ ਆ ਇਹਦੇ ਵਿੱਚ ਤੁਹਾਨੂੰ ਯੂਥ ਫੈਸਟੀਵਲ ਦਾ ਜ਼ਿਆਦਾ ਕੰਮ ਹੁੰਦਾ ਤੁਸੀਂ ਯੂਥ ਫੈਸਟੀਵਲ ਜਿੱਤਦੇ ਹੋ ਤਾਂ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਨਹੀਂ ਉੱਥੇ ਕਾਲਜ ਚ ਤਾਂ ਕੰਪੀਟੀਸ਼ਨ ਇਹਨਾਂ ਦਾ ਕਿ ਤੁਸੀਂ ਇੱਕ ਵਾਰ ਵੀ ਪੋਜੀਸ਼ਨ ਨਹੀਂ ਲੈ ਕੇ ਆਏ ਤਾਂ ਤੁਹਾਨੂੰ ਸਾਈਡ ਕਰਕੇ ਕਿਸੇ ਹੋਰ ਨੂੰ ਮੌਕਾ ਦੇ ਦਿੰਦੇ ਆ ਉਦੋਂ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ 2013 में आपको पीटीसी बेस्ट फॉक्स सिंगर का अवार्ड भी मिला था तो उस टाइम आपको एक कैसी फीलिंग आई थी जब इतने बड़े स्टेज इतने बड़े प्लेटफॉर्म पे आपको वो अवार्ड मिला कभी सोचा नहीं सीगा क्योंकि पहले दिन तो ही है पहला तो कभी सपने ਇਨੇ ਲੈ ਹੀ ਨਹੀਂ ਸੀਗੇ ਸੁਪਨੇ ਲੈੰਦਾ ਕਈ ਵਾਰੀ ਇਦਾਂ ਹੁੰਦਾ ਕਿ ਤੁਸੀਂ ਲੈਨੇ ਹੋ ਤੇ ਫਿਰ ਸੁਪਨਾ ਟੁੱਟ ਜਾਵੇ ਤਾਂ ਬੰਦਾ ਦੁਖੀ ਬਹੁਤ ਹੁੰਦਾ ਪਹਿਲੇ ਦਿਨ ਤੁਸੀਂ ਸੀਗਾ ਕਿ ਜੇ ਕੁਝ ਹੋਇਆ ਲਾਈਫ ਦੇ ਵਿੱਚ ਮਿਹਨਤ ਕਰੀ ਜਾਂਦੇ ਆ ਪ੍ਰਮਾਤਮਾ ਨੇ ਚਾਇਆ ਤੇ ਕੁਝ ਮਿਲੂਗਾ ਬਟ ਉਦੋਂ ਮੈਨੂੰ ਲੱਗਦਾ ਜਦੋਂ ਇਹ ਅਨਾਉਂਸ ਹੋਇਆ ਅਵਾਰਡ ਫੋਕ ਬੈਸਟ ਫੋਕ ਸਿੰਗਰ ਦਾ ਮਿਲਦਾ ਕਿ ਮੇਰੇ ਕੋਲ ਸ਼ਬਦ ਨਹੀਂ ਸੀਗੇ ਵਰਡਸ ਨਹੀਂ ਸੀਗੇ ਕਿ ਮੈਂ ਕਿਦਾਂ ਉਹਨਾਂ ਚੀਜ਼ਾਂ ਨੂੰ ਮਤਲਬ ਐਕਸਪਲੇਨ ਕਰਦਾ ਕਿਉਂਕਿ ਇਹ ਚੀਜ਼ਾਂ ਮਿਲਦਾ ਕਿ ਜ਼ਿੰਦਗੀ ਦੇ ਵਿੱਚ ਹੁਣ ਵੀ ਜੋ ਵੀ ਅਚੀਵ ਹੋ ਰਿਹਾ ਡੇ ਬਾਈ ਡੇ ਜੋ ਵੀ ਮਿਲਦਾ ਜਾ ਰਿਹਾ ਉਹ ਇੱਕ ਮੈਂ ਸਮਝਦਾ ਕਿ ਸੁਪਨਾ ਸੱਚ ਹੋਣ ਵਾਲੀ ਗੱਲ ਆ ਅੱਜ ਵੀ ਜਦੋਂ ਵੀ ਕੁਝ ਨਵਾਂ ਹੁੰਦਾ ਕੁਝ ਨਵੀਂ ਚੀਜ਼ ਆਉਂਦੀ ਗਾਣਾ ਆਉਂਦਾ ਫਿਲਮ ਆਉਂਦੀ ਆ ਜਾਂ ਕੋਈ ਵੀ ਅਵਾਰਡ ਮਿਲਦਾ ਛੋਟਾ ਵੱਡਾ ਤਾਂ ਉਹ ਵਾਸੀ ਹੋਈ ਹੁੰਦਾ ਕਿ ਸ਼ੁ크ਰੀ ਕੀਤਾ ਜਾਂਦਾ ਉਹਦੇ ਲਈ ਫੈਮਿਲੀ ਬੈਕਗ੍ਰਾਉਂਡ ਮੇ ਕੋਈ ਮਿਊਜ਼ਿਕ ਸੇ ਕਿਸੇ ਦਾ ਰਾਏ ਕਨਸਰਨ ਕبھی ਵੀ ਨਹੀਂ ਬਿਲਕੁਲ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਜੱਟ ਜ਼ਿੰਮੇਦਾਰ ਸੀਗੇ ਸਾਰੇ ਖੇਤੀਬਾੜੀ ਵਾਲੇ ਸੀਗੇ ਤੇ ਘਰੋਂ ਤਾਂ ਕੋਈ ਨਹੀਂ ਸੀਗਾ ਔਰ ਪਰ ਮੈਨੂੰ ਬਹੁਤ ਸਪੋਰਟ ਕੀਤੀ ਸਾਰੀ ਫੈਮਿਲੀ ਨੇ ਮੇਰੇ ਮਦਰ ਨੇ ਮੇਰੇ ਸਾਰੇ ਪਰਿਵਾਰ ਨੇ ਬਹੁਤ ਸਪੋਰਟ ਕੀਤੀ ਜੀ ਮੂਵੀਜ਼ ਲਾਈਨ ਮੇ ਆਪਕਾ ਆਨਾ ਕੈਸੇ ਹੋਆ ਔਰ ਆਪਕੀ ਫਰਸਟ ਡੈਬਿਊ ਮੂਵੀ ਕੌਨਸੀ ਥੀ ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਤਾਂ ਹੁਣ ਤਾਂ ਮੂਵੀ 'ਚ ਆਉਣਾ ਕੋਈ ਔਖਾ ਕੰਮ ਨਹੀਂ ਆ ਤੁਹਾਡਾ ਜਿਉਂ ਕਿ ਜਿੰਨੇ ਵੀ ਸਿੰਗਰ ਆ ਸਾਰੇ ਮੂਵੀਜ਼ ਉਹੀ ਕਰ ਰਹੇ ਆ ਤੁਹਾਡੇ 2-4 ਗਾਣੇ ਚੱਲੇ ਆ ਤੇ ਅੱਜ ਦੀ ਡੇਟ 'ਚ ਪ੍ਰੋਡਿਊਸਰ ਵੀ ਇੰਨੇ ਆ ਤੁਹਾਡੇ ਕੋਲ ਪਹਿਲੋਂ ਫਿਲਮ ਲੈ ਕੇ ਆ ਜਾਂਦੇ ਆ ਕਈ ਨਾ ਕਈ ਆਪ ਇਸ ਚੀਜ਼ 'ਚ ਵੀ ਕੰਪੀਟੀਸ਼ਨ ਮੰਨਤੇ ਆ ਕਿ ਜਿਵੇਂ ਆਪਨੇ ਬਤਾਇਆ ਕਿ ਸਿੰਗਰਸ ਵੀ ਸਾਰੇ ਮੂਵੀਜ਼ ਲਾਈਨ 'ਚ ਆਉਣੇ ਲਈ ਰੈਡੀ ਹੈ ਤਾਂ ਕਈ ਨਾ ਕਈ ਇਸ ਲਾਈਨ 'ਚ ਵੀ ਪੂਰਾ ਕੰਪੀਟੀਸ਼ਨ ਰਹਤਾ ਹੈ ਦੇਖੋ ਕੰਪੀਟੀਸ਼ਨ ਹਮੇਸ਼ਾ ਚੰਗੇ ਦਾ ਹੁੰਦਾ ਮਾੜੇ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਜੇ ਇੱਕ ਚੀਜ਼ ਆ ਤੁਸੀਂ ਵੇਖ ਲਓ ਕਿ ਇੱਕ ਭੀੜ ਆ ਭੀੜ ਦੇ ਵਿੱਚ ਚੰਗੇ ਵੀ ਆ ਮਾੜੇ ਵੀ ਆ ਤਾਂ ਉਹ ਕੰਪੀਟੀਸ਼ਨ ਨਹੀਂ ਹੋ ਸਕਦਾ ਕੰਪੀਟੀਸ਼ਨ ਹਮੇਸ਼ਾ ਇੱਕ ਲੈਵਲ ਦਾ ਹੁੰਦਾ ਕਿਸੇ ਲੈਵਲ ਤੇ ਤੁਸੀਂ ਪਹੁੰਚਦੇ ਹੋ ਤਾਂ ਉਸ ਲੈਵਲ ਤੇ ਤੁਹਾਨੂੰ ਲੋਕ ਕਿਹੜੇ ਜਾਂ ਫਿਰ ਇਦਾਂ ਹੁੰਦਾ ਕਿ ਤੁਸੀਂ ਇੱਕ ਤਰ੍ਹਾਂ ਦੇ ਲੋਕਾਂ ਦੇ ਵਿੱਚੋਂ ਕੰਪੀਟ ਕਰਨ ਵਾਲੇ ਤਾਂ ਉਹ ਲੋਕ ਹੁੰਦੇ ਜਿਹੜੇ ਤੁਹਾਡੇ ਮਤਲਬ ਦਾ ਕਰ ਰਹੇ ਆ ਤੁਹਾਡੇ ਨਾਲ ਦਾ ਕਰ ਰਹੇ ਜਦੋਂ ਤੁਸੀਂ ਕੁਝ ਵੱਖਰਾ ਕਰਦੇ ਹੋ ਤੁਸੀਂ ਮੈਨ ਲੱਗਦਾ ਕਿ ਜਿਹੜੀ ਸਿੰਗਿੰਗ ਆ ਜਾਂ ਐਕਟਿੰਗ ਆ ਇਹਦੇ 'ਚ ਕੋਈ ਕੰਪੀਟੀਸ਼ਨ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਨਾ ਤਰੀਕੇ ਤਰੀਕੇ ਨਾਲ ਮੈਂ ਕਿੱਦਾਂ ਕਰਨਾ ਹੋਰ ਕਿਸੇ ਨੇ ਕਿੱਦਾਂ ਕਰਨਾ ਕਿਉਂਕਿ ਇਹਦੇ ਚ ਕਿਹੜਾ ਕੋਈ ਜ਼ੋਰ ਲਾਉਣਾ ਜਾਂ ਕਿਸੇ ਨੂੰ ਢਾਉਣਾ ਆ ਵੀ ਤੈਨੂੰ ਤੇਰੇ ਮੋਢੇ ਲਾਤੇ ਸੋ ਇਹ ਤਾਂ ਲੋਕਾਂ ਨੂੰ ਐਂਟਰਟੇਨ ਕਰਨਾ ਜਿੱਥੇ ਚੰਗਾ ਕੰਮ ਹੋਊਗਾ ਉੱਥੇ ਲੋਕ ਪਸੰਦ ਕਰਨਗੇ ਤੁਹਾਨੂੰ ਤੇ ਚੰਗੇ ਕੰਮ ਦੀ ਤਾਰੀਫ ਹੋਣੀ ਆ ਜੀ ਮਾੜਾ ਕੰਮ ਕੋਈ ਵੀ ਕਰੂਗਾ ਅਗਰ ਉਹ ਗਾਣਾ ਆ ਅਗਰ ਉਹ ਫਿਲਮ ਆ ਨਹੀਂ ਚੰਗੀ ਨਹੀਂ ਲੋਕਾਂ ਨੂੰ ਪਸੰਦ ਤਾਂ ਉਹ ਉਹ ਦੌੜ ਚ ਹੀ ਨਹੀਂ ਉਹ ਉਸੇ ਉਸੇ ਦਿਨ ਹੀ ਲੈ ਜਾਣੀ ਜਿਹੜੀ ਚੰਗੀ ਚੀਜ਼ ਆ ਉਹ ਉਹ ਗਿਣੀ ਜਾਊਗੀ ਆਪਨੇ ਜੈਸੇ ਕਾਮਿਕ ਰੋਲ ਵੀ ਕੀਆ ਹੈ ਮੂਵੀਜ਼ ਮੇ ਬਾਇਓਪਿਕ ਰੋਲ ਵੀ ਕੀਆ ਹੈ ਤੋ ਆਪਕਾ ਕਿਸ ਚੀਜ਼ ਮੇ ਜ਼ਿਆਦਾ ਇੰਟਰਸਟ ਹੈ ਜਿਵੇਂ ਅਸੀਂ ਦੇਖਦੇ ਆਂ ਪੰਜਾਬ ਕੇ ਲੋਕ ਅੱਜ ਕੱਲ ਕੋਮੇਡੀ ਕੀ ਤਰਫ ਜ਼ਿਆਦਾ ਫੋਕਸ ਕਰਤੇ ਆਂ ਕੋਮੇਡੀ ਮੂਵੀਜ਼ ਆਤੀਆਂ ਆਂ ਤੋ ਫਰਸਟੇ ਫਰਸਟ ਸ਼ੋ ਫਟਾਫਟ ਬੁੱਕ ਹੋ ਜਾਂਦਾ ਹੈ ਤੋ ਆਪਕੋ ਕਿਆ ਲੱਗਤਾ ਹੈ ਕਿ ਕੋਮੇਡੀ ਮੂਵੀਜ਼ ਮੇ ਆਪਕਾ ਜ਼ਿਆਦਾ ਇੰਟਰਸਟ ਹੈ ਨਹੀਂ ਕੋਈ ਵੀ ਚੀਜ਼ ਵੇਖੋ ਜਦੋਂ ਕੋਈ ਵੀ ਚੀਜ਼ ਬਹੁਤਾਤ ਦੇ ਵਿੱਚ ਆਉਂਦੀ ਆ ਜ਼ਿਆਦਾ ਆਉਂਦੀ ਆ ਤਾਂ ਉਹ ਫਿਰ ਬੋਰ ਕਰਦੀ ਆ ਹੁਣ ਰੋਜ਼ ਕੋਮੇਡੀ ਆਈ ਜਾਊਗੀ ਕਿੰਨਾ ਕਿ ਹੱਸ ਲੋਗੇ ਤੁਸੀਂ ਕੋਮੇਡੀ ਤਾਂ ਤੁਹਾਡੇ ਆਲੇ ਦੁਆਲੇ ਆ ਪੰਜਾਬੀ ਲੋਕਾਂ ਦੇ ਤੇ ਆਲੇ ਦੁਆਲੇ ਕੋਮੇਡੀ ਆ ਪੰਜਾਬੀ ਲੋਕ ਜਿਹੜੇ ਆ ਅਸੀਂ ਲੋਕ ਆ ਅਸੀਂ ਲੋਕ ਮਤਲਬ ਖੁੱਲੇ ਦਿਲ ਦੇ ਆ ਸਾਨੂੰ ਸਾਨੂੰ ਹਰ ਬੰਦੇ ਦੀ ਨੇਚਰ ਹਰ ਬੰਦਾ ਸੋਚਦਾ ਮੈਂ ਯਾਰ ਕੋਈ ਐਸੀ ਗੱਲ ਕਰਾਂ ਜਿਹਦੇ ਤੇ ਲੋਕ ਖੁਸ਼ ਹੋਣ ਤੁਸੀਂ ਆਪਣੇ ਆਲੇ ਦੁਆਲੇ ਵੇਖ ਲਓ ਅਸੀਂ ਚਾਰ ਲੋਕ ਆਫਿਸ 'ਚ ਬੈਠੇ ਹੋਵਾਂਗੇ ਭਾਵੇਂ ਘਰੇ ਬੈਠੇ ਹੋਵਾਂਗੇ ਤੇ ਹਰ ਬੰਦਾ ਮਤਲਬ ਮਨ 'ਚ ਸੋਚਦਾ ਮੈਂ ਕੋਈ ਐਸੀ ਚੰਗੀ ਗੱਲ ਸੁਣਾਵਾਂ ਯਾਰ ਲੋਕ ਖੁਸ਼ ਹੋ ਲੈਣ ਤਾਂ ਖੁਸ਼ੀ ਤਾਂ ਐਸੀ ਚੀਜ਼ ਆ ਜੇ ਤੁਸੀਂ ਹੁਣ ਉਸ ਚੀਜ਼ ਦਾ ਫਾਇਦਾ ਲਈ ਜਾਓਗੇ ਤੁਸੀਂ ਆਖੋਗੇ ਮੈਂ 15 ਦਿਨਾਂ 'ਚ ਫਿਲਮ ਬਣਾ ਕੇ ਲੋਕਾਂ ਨੂੰ ਥੀਏਟਰ 'ਚ ਲੈ ਆਵਾਂ ਕਮੇਡੀ ਉਹ ਚਾਰ ਪੰਜ ਜਾਣੇ ਇਕੱਠੇ ਕਰਕੇ ਤਾਂ ਉਹ ਵੀ ਚੀਜ਼ ਚੰਗੀ ਨਹੀਂ ਹੈ ਨਾ ਬਈ ਕਦੀ ਇਦਾਂ ਨਹੀਂ ਸੋਚਿਆ ਕਿ ਮੈਂ ਕਮੇਡੀ ਕਰੂੰਗਾ ਜਾਂ ਉਹਦਾ ਕਰੂੰਗਾ ਮੈਨੂੰ ਇਦਾਂ ਹੁੰਦਾ ਕਿ ਜਿਹੜੀ ਚੀਜ਼ ਮੇਰੇ ਮਨ ਨੂੰ ਪਉਂਦੀ ਆ ਕੋਈ ਕੈਰੈਕਟਰ ਮੈਨੂੰ ਚੰਗਾ ਲੱਗਦਾ ਮੈਂ ਉਹ ਕਰੂੰਗਾ ਜੇ ਨਹੀਂ ਮੇਰੇ ਪਸੰਦ ਆ ਤੇ ਮੈਂ ਪੈਸੇ ਇਕੱਠੇ ਕਰਨ ਵਾਲੀ ਹਾਂ ਕਿ ਪੈਸੇ ਇਕੱਠੇ ਕਰ ਲਾਂ ਜਾਂ ਮੈਨੂੰ ਕੋਈ ਕੰਮ ਦੀ ਭੁੱਖ ਕੰਮ ਤਾਂ ਰੱਬ ਨੇ ਦੇਣਾ ਹੀ ਆ ਜਦੋਂ ਤੁਸੀਂ ਤੁਹਾਡਾ ਕੰਮ ਚੰਗਾ ਆ ਤੁਸੀਂ ਨੀਅਤ ਨਾਲ ਲੱਗੇ ਹੋ ਬਟ ਮੇਰਾ ਕਦੀ ਇਦਾਂ ਨਹੀਂ ਹੋਇਆ ਮੈਨੂੰ ਲੱਗਦਾ ਕਿ ਮੈਂ ਪਿਛਲੀਆਂ ਦੋ ਫਿਲਮਾਂ ਕੀਤੀਆਂ ਬਰਾਤਾਂ ਚੱਲੀਆਂ ਔਰ 420 ਉਹ ਕੈਰੈਕਟਰ ਬਹੁਤੇ ਵੱਡੇ ਨਹੀਂ ਸੀਗੇ ਜਾਂ ਕਿਤਨੇ ਕਿਤੇ ਮੈਨੂੰ ਆਪਣੇ ਆਪ ਬਹੁਤ ਐਪਰੀਸੀਏਸ਼ਨ ਮਿਲਿਆ ਤਾਂ ਆਪਕੋ ਇਸ ਕੈਰੈਕਟਰਸ ਕੇ ਹਾਂ ਜੀ ਸਮ ਟਾਈਮ ਇਦਾਂ ਹੁੰਦਾ ਜੀ ਮੈਂ ਮੈਂ ਜਦੋਂ ਤੁਸੀਂ ਸਵਾਲ ਕੀਤਾ ਪਹਿਲੀ ਫਿਲਮ ਮੇਰੀ ਤੂਫਾਨ ਸਿੰਘ ਸੀ ਤੂਫਾਨ ਸਿੰਘ ਫਿਲਮ ਇੰਨੀ ਜ਼ਿਆਦਾ ਕੀ ਉਹਨੂੰ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਪ੍ਰੋਬਲਮ ਚ ਰਹੀ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਹੋਇਆ ਉਹਦਾ ਕੰਟਰੋਵਰਸੀ ਹੋਈ ਤਾਂ ਉਸ ਚੱਕਰ ਵਿੱਚ 2 ਸਾਲ ਫਿਲਮ ਆ ਗਈ ਆ ਗਈ ਰਹਿ ਗਈ ਰਹਿ ਗਈ ਆ ਗਈ ਆ ਗਈ ਰਹਿ ਗਈ ਰਹਿ ਗਈ ਤਾਂ ਤੁਸੀਂ ਕਿਤੇ ਨਾ ਕਿਤੇ ਸਟੈਪ ਬੈਕ ਹੁੰਦੇਗੇ ਕਿਉਂਕਿ ਇੱਕ ਇੱਕ ਜਿਹੜੀ ਚੀਜ਼ ਫਰੈਸ਼ ਹੁੰਦੀ ਹੈ ਨਾ ਫਰੈਸ਼ ਚੀਜ਼ ਨੂੰ ਹਰ ਬੰਦਾ ਚਾਹੁੰਦਾ ਕਿ ਮੈਂ ਇਹਦੀ ਫਰੈਸ਼ਨੈਸ ਯੂਜ਼ ਕਰਾਂ ਕਿਸੇ ਫਰੈਸ਼ ਹੀਰੋ ਨੂੰ ਕਿਸੇ ਫਰੈਸ਼ ਸਿੰਗਰ ਨੂੰ ਤਾਂ ਮੇਰੀ ਫਰੈਸ਼ਨੈਸ ਜਿਹੜੀ ਸੀਗੀ ਉਹ ਹੌਲੀ 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 ਬਈ ਹੋ ਗਈ ਕਿ ਫਿਲਮ ਆ ਗਈ ਲੋਕ ਵੇਟ ਕਰਦੇ ਸੀ ਫਿਰ ਫਿਲਮ ਰੋਗੀ ਸੈਂਸਰ ਬੋਰਡ ਨਹੀਂ ਮਿਲਿਆ ਸਰਟੀਫਿਕੇਟ ਨਹੀਂ ਮਿਲਿਆ ਰੋਕ ਲਈ ਤਾਂ ਕੀ ਰੀਜਨਸ ਹੋ ਗਏ تھے ਇਤਨੇ ਜ਼ਿਆਦਾ ਜੋ ਇਤਨੀ ਬੜੀ ਕਾਉਂਟਰੋਵਰਸੀ ਹੋ ਗਈ ਮੂਵੀ ਕੋ ਲੈ ਕੇ ਇਹ ਫਿਲਮ ਹੈਗੀ ਐਂਟੀ ਸਟੇਟ ਸੀ ਐਂਟੀ ਗਵਰਨਮੈਂਟ ਸੀ ਐਂਟੀ ਤੁਸੀਂ ਇਹ ਕਹੋਗੇ ਐਂਟੀ ਸਟੇਟ ਫਿਲਮ ਕੋਈ ਵੀ ਹੈ ਤਾਂ ਉੱਤੇ ਸਟੇਟ ਦਾ ਹੱਕ ਉਸ ਟਾਈਮ ਉਸ ਮੂਵੀ ਕੀ ਸ਼ੂਟਿੰਗ ਦੇ ਟਾਈਮ ਆਪ ਕੁਛ ਨਰਵਸ ਨਹੀਂ ਥੇ ਜਾਂ ਆਪਕੋ کہیں ਨਾ کہیں ਕੋਈ ਡਰ ਥਾ ਕਿ ਇਸ ਟਾਈਪ ਦਾ ਰੋਲਾ ਪਲੇ ਕਰ ਰਹੇ ਹੈ ਨਹੀਂ ਪ੍ਰੋਬਲਮ ਤਾਂ ਪਹਿਲੋਂ ਸੀਗੀ ਪਤਾ ਤਾਂ ਸੀਗਾ ਪਹਿਲੋਂ ਕਿ ਇਹ ਇੱਕ ਕਿਉਂਕਿ ਜਦੋਂ ਕੁਝ ਕੁਝ ਜਿਹੜੀ स्टार्ट ਹੋ ਗਈ ਤੁਸੀਂ ਉਤੋਂ ਬੈਕਫੁੱਟ ਤੇ ਨਹੀਂ ਜਾ ਸਕਦੇ ਪਰ ਉਹ ਸਟਾਰਟ ਹੋਣ ਵੇਲੇ ਮੈਨੂੰ ਇਦਾਂ ਲੱਗਿਆ ਸੀਗਾ ਕਿ ਯਾਰ ਇਹ ਬਹੁਤ ਜ਼ਿਆਦਾ ਗੰਭੀਰ ਮੁੱਦਾ ਕਿਉਂਕਿ ਉਹ ਇੱਕ ਸਾਡੇ ਲੋਕਾਂ ਦੀ ਜਦੋਂ ਵੀ ਤੁਸੀਂ ਕਿਸੇ ਕਿਸੇ ਮੁਲਕ ਚ ਕਿਸੇ ਪ੍ਰਾਂਤ ਚ ਜਾਂ ਸਟੇਟ ਚ ਸੱਚ ਬੋਲੋਗੇ ਜਾਂ ਉਥੋਂ ਦੀ ਹਕੂਮਤ ਜਾਂ ਉਥੋਂ ਦੇ ਜਿਹੜੇ ਜੜੀਆਂ ਕਮੀਆਂ ਖਾਮੀਆਂ ਨੂੰ ਤੁਸੀਂ ਲੈ ਕੇ ਬੋਲੋਗੇ ਤਾਂ ਤੁਹਾਨੂੰ ਦਬਾਇਆ ਜਾਊਗਾ ਤੁਸੀਂ ਹਮੇਸ਼ਾ ਪਿੱਛੇ ਟੱਕੇ ਜਾਓਗੇ ਸੇਮ ਐਜ਼ ਇਟ ਇਜ਼ ਉਹ ਫਿਲਮ ਸੀਗੀ ਉਹ ਫਿਲਮ ਇੱਕ ਐਂਟੀ ਸਟੇਟ ਸੀ ਲੋਕਾਂ ਨੂੰ ਜਾਗਰੂ ਕਰਦੀ ਸੀ ਤਾਂ ਉਹ ਫਿਲਮ ਨਹੀਂ ਰਿਲੀਜ਼ ਹੋਈ ਬਾਅਦ ਚ ਲੋਕਾਂ ਨੇ ਚਲੋ ਉਹ ਜਿੱਦਾਂ ਕਿਤੇ YouTube ਤੇ ਦੇਖੀ ਬਟ ਉਹ 2 ਸਾਲ ਜਿਹੜੇ ਮੇਰੇ ਮੈਂ ਸਮਝਦਾ ਕਿ ਖਰਾਬ ਹੋਏ ਤਾਂ ਉਹ 2 ਸਾਲਾਂ ਦੇ ਵਿੱਚ ਫਿਰ ਮੈਨੂੰ ਇਹ ਛੋਟੇ ਛੋਟੇ ਰੋਲ ਕਰਨੇ ਪਏ ਜਿੱਦਾਂ ਵੇਖ ਭਰਾਤਾ ਚੱਲੀਆਂ ਸਰਵਣ 420 ਮੈਨੂੰ ਮੈਨੂੰ ਇਹ ਲੱਗਾ ਕਿ ਯਾਰ ਮੈਨੂੰ ਆਪਣੇ ਆਪ ਨੂੰ ਦਿਖਾਉਣਾ ਪੈਣਾ ਪਹਿਲੋਂ ਮੈਂ ਕੋਈ ਸੋਲੋ ਫਿਲਮ ਪੈ ਹੁਣ ਕੀਤੀ ਤਾਂ ਫਿਰ ਉਸ ਚੱਕਰ ਦੇ ਵਿੱਚ ਉਹ ਇੱਕ ਸਟਰਗਲ ਸਟਾਰਟ ਹੋਇਆ ਫਿਲਮੀ ਕੈਰੀਅਰ ਦੇ ਵਿੱਚ ਦੇਖੋ ਲੋਕਾਂ ਨੂੰ ਕੋਈ ਵੀ ਚੀਜ਼ ਆ ਪਹਿਲਾਂ ਤੁਹਾਨੂੰ ਵੇਚਣੀ ਪੈਂਦੀ ਹੈ ਅਗਰ ਉਹ ਚੀਜ਼ ਚੰਗੀ ਆ ਫਿਰ ਲੋਕ ਤੁਹਾਡੇ ਕੋਲ ਆਉਂਦੇ ਹਨ ਕੋਈ ਵੀ ਚੀਜ਼ ਕੋਈ ਵੀ ਬ੍ਰਾਂਡ ਅੱਜ ਦੀ ਰੇਟ 'ਚ ਵੱਡਾ ਹੁੰਦਾ ਪਹਿਲਾਂ ਕਿਤਨਾ ਕਿਤੋਂ ਸਟਾਰਟ ਹੋਇਆ ਹੋਊਗਾ ਤੋਂ ਮੈਂ ਸਮਝਦਾ ਕਿ ਕੰਮ ਜਿਹੜਾ ਆ ਉਹ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਕੰਮ ਮਿਲ ਜੇ ਜਾਂ ਤੁਹਾਨੂੰ ਲਸਟ ਹੋਵੇ ਕਿ ਯਾਰ ਮੈਂ ਵੀ ਆ ਵੀ ਮੈਂ ਕਰ ਲਾਂ ਉਹ ਵੀ ਮੈਂ ਕਰਾਂ ਤੁਹਾਡੇ ਕੋਈ ਇੱਕ ਵਾਰੀ ਘਰੇ ਆਇਆ ਤੇ ਤੁਸੀਂ ਉਹਨੂੰ ਚਾਟੀ ਹਾਂ ਕਰ ਦੋਗੇ ਹਾਂ ਆ ਕਰਾਂਗੇ ਮੈਂ ਇਦਾਂ ਨਹੀਂ ਕਰਦਾ ਮੈਨੂੰ ਮੈਂ ਕਿਉਂਕਿ ਸਭ ਕੁਝ ਸਿੱਖ ਲਿਆ ਪਹਿਲੀਆਂ ਦੋ ਤਿੰਨ ਵੇਲੇ ਮਾਂ ਤੋਂ ਹੁਣ ਮੇਰਾ ਥੋੜਾ ਜਿਹਾ ਜਿਹੜਾ ਇੱਕ ਤਾਂ ਮੈਂ ਸੈਟੀਸਫਾਈਡ ਹਾਂ ਮੈਨੂੰ ਕੋਈ ਹੈ ਨਹੀਂ ਇਦਾਂ ਕਿ ਮੈਂ ਫਿਲਮਾਂ ਹੀ ਕਰੀ ਜਾਵਾਂ ਜਿਹੜੀ ਚੰਗੀ ਹੋਊਗੀ ਉਹ ਕਰੂੰਗਾ ਜੇ ਨਹੀਂ ਮੇਰੇ ਮਤਲਬ ਦੀ ਹੋਈ ਤੇ ਨਹੀਂ ਕਰੂੰਗਾ ਸਰ ਇੱਕ ਚੀਜ਼ ਹੋਰ ਤੇ ਆਪਕੀ ਮੂਵੀ ਆ ਰਹੀ ਹੈ हाईट एंड हाई high हाई एंड यारियां वो रिलीज होने जा रही है 22 फेब को तो उसके बारे में कुछ बताइए कैसा कैरेक्टर है आपका आ बहुत आ देखो यारा यार दोस्तन दी एक फिल्म बहुत टाइम बाद यारियां ते फिल्म आ रही है और पंजाबी सिनेमा में ਤੁਸੀਂ ਜਿੱਦਾਂ ਕੀਤਾ ਇਹ ਕਾਮੇਡੀ ਫਿਲਮ ਨਹੀਂ ਹੈ ਕਿ ਉਹ ਹੀ ਪੰਜਵੀਂ ਆ ਜਵ ਇੱਕ ਤਿੰਨ ਦੋਸਤਾਂ ਦੀ ਕਹਾਣੀ ਹੈ ਜਿਹੜੇ ਤਿੰਨ ਦੋਸਤ ਆਪਣੀ ਲਾਈਫ ਦੇ ਵਿੱਚ ਕਿਦਾਂ ਸਟਰਗਲ ਕਰਦੇ ਆ ਬੇਸਿਕਲੀ اٹਸ ਬੇਸਡ ਆਨ ਕਿ ਤੁਹਾਡੀ ਜਿਹੜੀ ਦੋਸਤੀ ਆ ਫਰੈਂਡਸ਼ਿਪ ਆ ਉਹਦੇ ਵਿੱਚ ਈਗੋ ਜਿਹੜੀ ਆ ਬੇਲੀ ਗਲਤੀ ਉਹ ਨਾ ਹੋਵੇ ਤਾਂ ਤੁਹਾਡੀ ਦੋਸਤੀ ਜਿਹੜੀ ਆ ਉਹ ਲੌਂਗ ਟਰਮ ਚੱਲਦੀ ਆ ਚੰਗੇ ਦੋਸਤ ਜਿਹੜੇ ਆ ਉਹ ਤੁਹਾਨੂੰ ਅਗਰ ਮਾੜੀ ਗੱਲ ਤੋਂ ਰੋਕਦੇ ਆ ਤਾਂ ਉਹਦੇ ਵਿੱਚ ਵੀ ਭਲਾਇਆ ਅਗਰ ਉਹ ਚੰਗੀ ਗੱਲ ਦੇ ਵਿੱਚ ਤੁਹਾਡਾ ਸਾਥ ਦਿੰਦੇ ਆ ਤਾਂ ਉਹਦੇ ਵਿੱਚ ਵੀ ਤੁਹਾਡਾ ਭਲਾਇਆ ਸੋ ਮੈਨੂੰ ਲੱਗਦਾ ਕਿ ਇਹ ਸਾਰੇ ਲੋਕਾਂ ਨੂੰ ਸਾਰੇ ਯੰਗ ਜਨਰੇਸ਼ਨ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤੁਹਾਨੂੰ ਦੋਸਤੀ ਦੇ ਮਾਇਨੇ ਪਤਾ ਚੱਲਣਗੇ ਤੁਹਾਨੂੰ ਦੋਸਤੀ ਦੀ ਅਹਿਮੀਅਤ ਪਤਾ ਚੱਲੂਗੀ ਔਰ ਦੋਸਤ ਜਿਹੜੇ ਹੁੰਦੇ ਆ ਜਿੱਥੇ ਦੋਸਤ ਕਮ ਹੁੰਦੇ ਆ ਉੱਥੇ ਕਿਤੇ ਕਈ ਵਾਰ ਫੈਮਿਲੀ ਤੋਂ ਵੱਧ ਲਾਸਟ ਨਮ ਚਾਹਤੇ ਹਾਂ 22 ਸੈਕਿੰਡ ਫੈਪ ਕੋ ਰਿਲੀਜ਼ ਹੋਣੇ ਜਾ ਰਹੀ ਹੈ ਤਾਂ ਆਪ ਸਪੈਸ਼ਲੀ ਪੰਜਾਬੀ से क्या अपील करना चाहेंगे इस मूवी को लेकर ਨਹੀਂ ਦੇਖੋ 22 ਫਰਵਰੀ ਨੂੰ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਤੁਸੀਂ ਜਾਓ ਔਰ ਆਪਣੇ ਦੋਸਤਾਂ ਦੇ ਨਾਲ ਜਾਓ ਯਾਰਾਂ ਦੋਸਤਾਂ ਦੇ ਨਾਲ ਜਾਓ ਅਸੀਂ ਤਾਂ ਇਹ ਵੀ ਅਪੀਲ ਕੀਤੀ ਹੈ ਕਿ ਭਾਈ ਫਰਵਰੀ ਨੂੰ ਬਾਈਡੇ ਮਨਾਓ ਜਿੱਦਾਂ ਵੈਲੈਂਟਾਈਨ ਡੇ ਹੁੰਦੇ ਆ ਵੈਲੈਂਟਾਈਨ ਵੈਲੈਂਟਾਈਨ ਵੀਕ ਆ ਸਾਰਾ ਚਾਕਲੇਟ ਟੈਡੀ ਤੇ ਵਦਨ ਕਿ ਉਹ ਉਸ ਤਰ੍ਹਾਂ ਬਾਈਡੇ ਮਨਾਓ ਆਪਣੇ ਦੋਸਤਾਂ ਨੂੰ ਲੈ ਕੇ ਉਦੋਂ ਰੱਖੋਗੇ ਬਾਈਆਂ ਦਾ ਦਿਨ ਦੋਸਤਾਂ ਦਾ ਦਿਨ ਸੋ ਅਪੀਲ ਕਰਦੇ ਆ ਕਿ ਫਿਲਮ ਦੇਖੋ ਹਾਈ ਐਂਡ ਆ ਰਹੀਆਂ 22 ਫਰਵਰੀ ਨੂੰ ਬਹੁਤ ਅچھے ਮੰਥ ਮੇ ਆਪਕੀ ਮੂਵੀ ਰਿਲੀਜ਼ ਹੋਣੇ ਜਾ ਰਹੀ ਹੈ ਜੀ ਇਹਨੂੰ ਪਿਆਰ ਵਾਲਾ ਮਹੀਨਾ ਕਿਹਾ ਜਾਂਦਾ ਤੇ ਪਿਆਰ ਵਧਾਓ ਪਿਆਰ ਤਾਂ ਵਧਣਾ ਚਾਹੀਦਾ ਜੀ ਲੜਾਈ ਤੇ ਦੂਰ ਰਹੋ ਤੇ ਪਿਆਰ ਬਤਾਓ ਦੋਸਤਾਂ ਚ ਸਰ ਜਾਂਦੇ ਜਾਂਦੇ ਇੱਕ Song ਹੋਰ ਬੰਨਤਾ ਪਲੀਜ਼ ਮੇਰਾ ਤੁਸੀ ਗਲਾ ਦੇਖ ਹੀ ਰਹੇ ਹੋ ਕੋਈ ਬਾਤ ਨਹੀਂ ਸਰ ਬੱਟ ਜੀ ਬਈਆ ਬੱਟ ਜੀ ਮੈਂ ਤੁਹਾਨੂੰ ਸੁਣਾ ਦਿਨਾ ਕੁਛ ਅ ਦੋਸਤੀ ਦੀ ਸਾਡੀ ਫਿਲਮ ਦਾ ਹੀ ਗਾਣਾ ਆ ਹੰਬਲੇ ਬਿਗਨਿੰਗ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੰਬਲੇ ਬਿਗਨਿੰਗ ਜਿੱਥੋਂ ਮੁੰਡੇ ਆਏ ਨੇ ਇੱਕ ਟਾਈਮ ਬੱਸਾਂ ਵਿੱਚ ਤੱਕੇ ਬੜੇ ਖਾਏ ਨੇ ਅੱਜਕਲ੍ਹ ਕਾਰਾਂ ਨੇ ਨਾਲ ਮੁਟਿਆਰਾਂ ਨੇ ਆਪਣੇ ਹੀ ਦਮ ਤੇ ਨੇ ਲਈਆਂ ਸਰਦਾਰੀਆਂ ਨਾਹੀਂ ਕਲਾਕਾਰੀਆਂ ਨਾਹੀਂ ਸ਼ੋਸ਼ੇਬਾਜ਼ੀਆਂ ਇਨ੍ਹਾਂ ਮੁੰਡਿਆਂ ਨੇ ਰੱਖੀਆਂ ਨੇ ਐਂਡਿਆਰੀਆਂ थैंक यू थैंक यू सो मच सर अपना प्रेशियस टाइम हमें देने के लिए तो आपने देखा गए थे हमारे साथ फेमस सिंगर एंड एक्टर मिस्टर रंजीत पावर जिनकी मूवी uh, हाई एंड यारियर रिलीज होने जा रही है ट्वेंटी सेकेंड फैप को तो हम सबसे अपील करते हैं कि प्लीज इस मूवी को देखने जाइए और अपना प्यार दीजिए कैमरामैन मैन अमन दीप के साथ शिप्रा पस्जा टाइम्स पंजाब टीवी